ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦਸ਼ਮੇਸ਼ ਕੰਪਿਊਟਰਸ ਤੇ ਅੱਜ ਆਪਾਂ ਗੱਲ ਕਰਾਂਗੇ PS TET 2022 ਬਾਰੇ ਕਿ ਕਦੋਂ ਹੋਊਗਾ PS TET 2022 ਕਦੋਂ ਇਹਦਾ ਨੋਟੀਫਿਕੇਸ਼ਨ ਆਵੇਗਾ ਜਾਂ ਕਦੋਂ ਕਦੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਕੀ ਤੁਹਾਡੀ ਕੁਆਲਿਫਿਕੇਸ਼ਨ ਹੋਣੀ ਚਾਹੀਦੀ ਆ ਤਾਂ ਪੀਐਸਟੈਟ ਦੇ ਕਿ ਜਿਹੜੇ ਦੋ ਪੇਪਰ ਆ ਪਹਿਲਾ ਪੇਪਰ ਹੁੰਦਾ ਪੀਐਸਟੈਟ 1 ਜੋ ਕਿ ਈਟੀਟੀ ਵਾਲੇ ਸਟੂਡੈਂਟ ਦੇ ਸਕਦੇ ਆ ਜਿਸ ਦੇ ਵਿੱਚ ਪੀਐਸਟੈਟ 1 ਦੇ ਵਿੱਚ ਤੁਹਾਡੀ ਕੁਆਲਿਫਿਕੇਸ਼ਨ ਹੁੰਦੀ ਆ ਕਿ ਤੁਸੀਂ ਤੁਹਾਡੇ ਪਲੱਸ 2 ਦੇ ਵਿੱਚ 50% ਮਾਰਕਸ ਹੋਣੇ ਚਾਹੀਦੇ ਆ ਪਲੱਸ ਤੁਹਾਡੀ ਈਟੀਟੀ ਕੰਪਲੀਟ ਹੋਣੀ ਚਾਹੀਦੀ ਆ ਜਾਂ ਤੁਸੀਂ ਫਾਈਨਲイヤー ਦੇ ਵਿੱਚ ਅਪੀਅਰ ਹੋਣੇ ਚਾਹੀਦੇ ਹੋ ਈਟੀਟੀ ਦੇ ਫਿਰ ਉਹਦਾ ਪੀਐਸਟੈਟ 2 ਜਿਹੜੇ ਬੀਐਡ ਵਾਲੇ ਸਟੂਡੈਂਟ ਦੇ ਸਕਦੇ ਆ ਇਸ ਦੇ ਵਿੱਚ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ 50% ਮਾਰਕਸ ਹੋਣੇ ਚਾਹੀਦੇ ਆ ਮਿਨਿਮਮ ਪਲੱਸ ਤੁਹਾਡੀ ਬੀਐਡ ਕੰਪਲੀਟ ਹੋਣੀ ਚਾਹੀਦੀ ਆ ਜਾਂ ਤੁਸੀਂ ਬੀਐਡ ਦੇ ਸੈਕਿੰਡ ইয়ার ਵਿੱਚ ਅਪੀਅਰ ਹੋਣੇ ਚਾਹੀਦੇ ਹੋ ਫਿਰ ਹੀ ਤੁਸੀਂ ਪੀਐਸਟੈਟ 2 ਆ ਜਿਹੜਾ ਦੇ ਸਕਦੇ ਹੋ ਪਰ ਜੇਕਰ ਤੁਸੀਂ ਫਸਟ ইয়ার ਕੀਤਾ ਹੋਇਆ ਬੀਐਡ ਦਾ ਜਾਂ ਈਟੀਟੀ ਦਾ ਫਸਟ ইয়ার ਕੀਤਾ ਹੋਇਆ ਜੇ ਤੁਹਾਡਾ ਪੀਐਸਟੈਟ ਕਲੀਅਰ ਹੋ ਜਾਂਦਾ ਵਾ ਤਾਂ ਜਿਹੜਾ ਤੁਹਾਡਾ ਇਹਦਾ ਸਰਟੀਫਿਕੇਟ ਆ ਉਹ ਤੁਹਾਨੂੰ ਤੁਹਾਡੀ ਡਿਗਰੀ ਦੇ ਕੰਪਲੀਟ ਹੋਣ ਤੋਂ ਬਾਅਦ ਹੀ ਮਿਲੇਗਾ ਜੋ ਤੁਸੀਂ ਆਪਦੀ 8TT ਜਾਂ B.Ed ਕੰਪਲੀਟ ਕਰ ਲਓਗੇ ਫਿਰ ਹੀ ਤੁਹਾਨੂੰ ਪੀਐਸਟੈਟ ਦਾ ਜਿਹੜਾ ਕਿ ਸਰਟੀਫਿਕੇਟ ਮਿਲੂਗਾ ਉਸ ਤੋਂ ਬਾਅਦ ਕਰਦੇ ਆਪਾਂ ਇਹ ਗੱਲ ਇਹਦੀ ਵੈਲਿਡਿਟੀ ਦੀ ਕਿ ਇਹ ਲਾਈਫਟਾਈਮ ਵੈਲਿਡ ਆ ਹੁਣ ਤੁਸੀਂ ਵਾਰ-ਵਾਰ ਨਹੀਂ ਇਹ ਦੇਣਾ ਜੇ ਤੁਹਾਡਾ ਇੱਕ ਵਾਰ ਕਲੀਅਰ ਹੋ ਜਾਂਦਾ ਵਾ ਤਾਂ ਤੁਸੀਂ ਉਹੀ ਆਪਦਾ ਸਰਟੀਫਿਕੇਟ ਲਗਾ ਕੇ ਆਪਦਾ ਮਾਸਟਰ ਕੈਡਰ ਦੇ ਫਾਰਮ ਭਰ ਸਕਦੇ ਹੋ ਜੇ ਗੱਲ ਕੀਤੀ ਜਾਵੇ ਕਿ ਕਦੋਂ ਇਹ ਫਾਰਮ ਆਪਾਂ ਅਪਲਾਈ ਕਰ ਸਕਦੇ ਹਾਂ ਹੁਣ ਤਾਂ ਆਫੀਸ਼ੀਅਲ ਹੈ ਜੇ ਕੋਈ ਨੋਟੀਫਿਕੇਸ਼ਨ ਨਹੀਂ ਆਏਗਾ ਬਰ ਚਾਂਸਿਸ ਆ ਕਿ ਤੁਹਾਡਾ ਇਹ ਜਿਹੜਾ ਪੀਐਸਟੈਟ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਨਵੰਬਰ ਦੇ ਵਿੱਚ ਤੇ ਐਗਜ਼ਾਮ ਇਹਦਾ ਦਸੰਬਰ ਵਿੱਚ ਹੀ ਹੋ ਜਾਣਾ ਵਾ ਦਸੰਬਰ ਦੇ ਲਾਸਟ ਵੀਕ ਤੱਕ ਜਿਹੜਾ ਪੀਐਸਟੈਟ ਦਾ ਐਗਜ਼ਾਮ ਹੋ ਜਾਏਗਾ ਇਸੇ ਤਰ੍ਹਾਂ ਜਦੋਂ ਹੀ ਇਹਦਾ ਅਫੀਸ਼ੀਅਲ ਨੋਟੀਫਿਕੇਸ਼ਨ ਆਉਂਦਾ ਉਸ ਦੇ ਬਾਰੇ ਪੂਰੀ ਜਾਣਕਾਰੀ ਸਾਡੇ YouTube ਚੈਨਲ ਤੇ ਦਿੱਤੀ ਜਾਊਗੀ ਪਲੱਸ ਨਾਲ ਦੀ ਨਾਲ ਸਾਡੇ YouTube ਚੈਨਲ ਤੇ ਅਸੀਂ ਤੁਹਾਨੂੰ ਪੀਐਸਟੈਟ ਦੇ ਸਿਲੇਬਸ ਬਾਰੇ ਵੀ ਪੂਰੀ ਜਾਣਕਾਰੀ ਦਵਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ